भारतीय हाकी टीम ने टोक्यो ओलंपिक विच क्वार्टर फाइनल मैच जितया है। भारतीय हाकी टीम के खिडारी फरीदकोट वासी रुपिंदर पाल सिंह दे परिवार विच खुशी का माहौल है। परिवारक मैंबरां दा कहना है कि रुपिंदर पाल सिंह दे दिल विच ओलंपिक गोल्ड मैडल जितने का जनून इन्ना है कि उसने अज तक विआह नहीं करवाया है। परिवार का कहना है कि सानू पूरी आस है कि भारतीय हाकी टीम इस बार ओलंपिक विच गोल्ड मैडल लेके परतेगी। सानू बहुत खुशी महसूस हुई है, अज इंडिया टीम जीती, बहुत वधिया मुंडे ने प्रदर्शन किया, सैमीफाइनल थां इन्होंने बनाई, अगों भी यह सैमीफाइनल जित के फाइनल च आउणगे, साडी यह उम्मीद है पूरी भी यह गोल्ड मैडल जित के ही वापस आउणगे। इहनू लगा बहुत सी, 6 साल दी इहने हाकी फड़ी है, 6 साल तो ही खेडदा रहा, असी अपने हाकी खेडदे रहे, मैं खेडदा रहा, वड्डा भरा भी इहदा हाकी खेडदा रहा, साडे रिश्तेदार भी ओलंपियन है, वह सारे हाकी खेडते सी, मैं इहनू हल्लाशेरी दिंदा रहा, पुत्रा तू जिवें किवें हैगा अपना कुछ बन के दिखाउणा, जे अपने रिश्तेदार बन सकते आ तां कुछ आपां क्यों नहीं बन सकते, तो तू कर, इन्हें अपने मेहनत यदि सी सपोर्ट साड़ी सी, असी पूरी यदि सपोर्ट पिछे करते रहे हैं, इन्हें सानू बहुत वधिया रिजल्ट देता रहा, लगातार इंडिया टीम वालों 10 तो खेड रहा, सीनियर टीम के 21 आ गया, 11 साल लगातार ये खेडिया, पिछली ओलंपिक भी ये 16 की खेड के आया, यदि सैकेंड ओलंपिक सी, इस साड़ी उम्मीद है भी ये गोल्ड मैडल जित के आउणगे। भाजी पूरी उम्मीद है जिस तरह का प्रदर्शन अज ने क्वालीफाई ਕੀਤਾ ਹੈਗਾ, ਸੈਮੀਫਾਈਨਲ ਦੇ ਵਿੱਚ ਆ ਗਏ ਹੈਗੇ, ਪੂਰੀ ਉਮੀਦ ਹੈਗੀ ਵੀ ਇਸ ਵਾਰ ਜ਼ਰੂਰ ਗੋਲਡ ਮੈਡਲ ਲੈ ਕੇ ਆਉਣਗੇ। ਬਾਕੀ ਇਹਨਾਂ ਦਾ ਸੁਪਨਾ ਸੀਗਾ ਰੁਪਿੰਦਰ ਦਾ ਵੀ ਮੈਂ ਜਿਹੜਾ ਹੈਗਾ ਗੋਲਡ ਮੈਡਲ ਲੈ ਕੇ ਭਾਰਤ ਦੀ ਝੋਲੀ ਦੇ ਵਿੱਚ ਪਾਵਾਂ, ਅਤੇ ਸੁਨਹਿਰੀ ਪੰਨਿਆਂ ਦੇ ਵਿੱਚ ਆਪਦੇ ਇਤਿਹਾਸ ਦੇ ਵਿੱਚ ਆਪਦਾ ਅਤੇ ਆਪਦੇ ਫਰੀਦਕੋਟ ਦਾ ਸ਼ਹਿਰ ਦਾ ਅਤੇ ਭਾਰਤ ਦਾ ਨਾਂ ਰੋਸ਼ਨ ਕਰਨ। ਤਾਂ ਕਿੰਨੀ ਕੁ ਆਸ ਹੈਗੀ ਆ ਹੁਣ ਤੁਹਾਨੂੰ ਭਾਜੀ? ਜਿਸ ਤਰ੍ਹਾਂ ਇਹਨਾਂ ਦਾ ਹੁਣ ਆਸਟ੍ਰੇਲੀਆ ਤੋਂ ਇਹ 1-7 ਨਾਲ ਹਾਰੇ ਲੱਗਦਾ ਸੀਗਾ ਵੀ ਉਸ ਤੋਂ ਪੂਲ ਮੈਚ ਦੇ ਵਿੱਚ ਵੀ ਇਹ ਥੋੜ੍ਹਾ ਡਗਮਗਾ ਗਏ, ਬਟ ਉਸ ਤੋਂ ਬਾਅਦ ਜਿਵੇਂ ਇਹ ਮੈਚ ਦਾ ਮੈਚ ਖੇਡਦੇ ਗਏ, ਆਪਦਾ ਪੂਲ ਟੌਪ ਕੀਤਾ, 2nd ਨੰਬਰ 'ਤੇ ਬਹੁਤ ਵਧੀਆ ਪਰਫੋਰਮੈਂਸ ਹੈ, ਇਹਨਾਂ ਦੀ ਟੀਮ ਬਹੁਤ ਵਧੀਆ, ਯੰਗ ਜਿਹੜੇ ਪਲੇਅਰ ਹੈਗੇ ਬਹੁਤ ਅੱਛਾ ਰਿਜ਼ਲਟ ਦੇ ਰਹੇ ਆ, ਸੋ ਉਹਦੇ ਕਰਕੇ ਲੱਗਦਾ ਹੈਗਾ 99% ਸ਼ੋਰ ਹੈ ਵੀ ਇਸ ਜਿਹੜਾ ਆਪਣੇ ਓਲੰਪਿਕ ਦੇ ਵਿੱਚ ਮੈਡਲ ਜ਼ਰੂਰ ਲੈ ਕੇ ਆਉਣਗੇ। ਸਾਨੂੰ ਬਹੁਤ ਖੁਸ਼ੀ ਹੋਈ ਹੈ ਰੁਪਿੰਦਰ ਨੇ ਮੈਚ ਜਿੱਤਿਆ, ਸਾਨੂੰ ਬੇਹੱਦ ਖੁਸ਼ੀ ਹੋਈ ਹੈ, ਅਸੀਂ ਇਸ ਪਲ ਦਾ ਬਹੁਤ ਬੇਤਾਬ ਨਾਲ ਇੰਤਜ਼ਾਰ ਕਰਦੇ ਸੀ। ਰੁਪਿੰਦਰ ਬਾਰੇ ਤਾਂ ਮੈਂ ਜੋ ਵੀ ਕਹਾਂ ਉਹ ਵੀ ਘੱਟ ਹੈ, ਰੁਪਿੰਦਰ ਨੇ ਬਹੁਤ ਮਿਹਨਤ ਕੀਤੀ ਹੈ, ਉਹਦਾ ਇਹ ਸੁਪਨਾ ਸੀ ਮੈਂ ਓਲੰਪਿਕ ਖੇਡ ਕੇ ਮੈਡਲ ਲੈ ਕੇ ਇੰਡੀਆ ਲਈ ਦੇਸ਼ ਲਈ ਮੈਡਲ ਲੈ ਕੇ ਆਵਾਂ, ਗੋਲਡ ਮੈਡਲ ਲੈ ਕੇ ਆਵਾਂ, ਉਹਨੇ ਇਸੇ ਮੈਡਲ 'ਚ ਆਪਣੀ ਮੈਰਿਜ ਦਾ ਨਹੀਂ ਸੋਚਿਆ, ਆਪਣੇ ਘਰ ਬਾਰ ਦਾ ਨਹੀਂ ਸੋਚਿਆ, ਬਸ ਉਹਨੂੰ ਇਹ ਸੀ ਮੰਮਾ ਪਹਿਲਾਂ ਮੈਂ ਮੈਡਲ ਲੈ ਕੇ ਆਉਣਾ, ਓਲੰਪਿਕ ਖੇਡਣੀ ਆ, ਫਿਰ ਮੈਂ ਬਾਅਦ 'ਚ ਆਪਣੀ ਲਾਈਫ ਬਾਰੇ ਸੋਚਣਾ। ਉਸ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ। ਸਾਨੂੰ ਫਾਈਨਲ ਲਈ ਪੂਰੀ ਆਸ ਹੈ, ਅੱਜ ਤਾਂ ਬਹੁਤ ਜ਼ਿਆਦਾ ਆਸ ਹੋ ਗਈ ਹੈ ਕਿ ਉਹ ਫਾਈਨਲ 'ਚ ਗੋਲਡ ਮੈਡਲ ਲੈ ਕੇ ਹੀ ਆਉਣਗੇ, ਮੈਨੂੰ ਪਰਮਾਤਮਾ 'ਤੇ ਪੂਰਾ ਭਰੋਸਾ ਹੈ, ਉਹਦੇ ਜੋ ਬੌਬ ਦਾ ਵਿਸ਼ਵਾਸ ਹੈ, ਰੁਪਿੰਦਰ ਦਾ ਵਿਸ਼ਵਾਸ ਸੀ, ਉਹਦੇ 'ਤੇ ਵੀ ਭਰੋਸਾ ਹੈ ਵੀ ਬੱਚੇ ਗੋਲਡ ਮੈਡਲ ਲੈ ਕੇ ਆਉਣਗੇ। ਸਾਰੇ ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ, ਇਹਨਾਂ ਦਾ ਫਲ ਉਹਨਾਂ ਨੂੰ ਜ਼ਰੂਰ ਮਿਲੇਗਾ। ਮੇਰਾ ਨਾਂ ਅਵਿਨਾਸ਼ ਕੌਰ। ਕਿੱਦਾਂ ਲੱਗਦਾ ਪਰਿਵਾਰ ਦੇ ਵਿੱਚ, ਕਿੰਨੀ ਕੁ ਖੁਸ਼ੀ ਹੈ ਤੁਹਾਡਾ ਦੇਵਰ ਜਿਹੜਾ ਨੈਸ਼ਨਲ ਖੇਡ ਰਿਹਾ ਹੈਗਾ, ਮਤਲਬ ਓਲੰਪਿਕ ਦੇ ਵਿੱਚ ਗਿਆ ਹੋਇਆ, ਅੱਜ ਵਧੀਆ ਜਿਹੜਾ ਹੈਗਾ ਟੀਮ ਨੇ ਪ੍ਰਦਰਸ਼ਨ ਕੀਤਾ, ਜਿੱਤ ਪ੍ਰਾਪਤ ਕੀਤੀ ਹੈ, ਅੱਗੇ ਵਧੇ ਨੇ, ਕੀ ਕਹਿਣਾ ਤੁਹਾਡਾ? ਹਾਂਜੀ ਬਹੁਤ ਖੁਸ਼ੀ ਹੈਗੀ ਹੈ, ਬਹੁਤ ਅੱਛਾ ਪਲੇਅਰ ਹੈਗਾ ਇੰਡੀਅਨ ਹੋਕੀ ਟੀਮ ਦਾ ਉਹ, ਅਤੇ ਸ਼ੁਰੂ ਤੋਂ ਹੀ ਉਹਨੇ ਇੰਟਰਸਟ ਬਹੁਤ ਸੀ ਉਹਦਾ ਗੇਮ ਦੇ ਵਿੱਚ, ਅਤੇ ਐਕਚੁਲੀ ਉਹਦਾ 21 ਡ੍ਰੀਮ ਹੈਗਾ ਵੀ ਮੈਂ ਓਲੰਪਿਕ ਖੇਡ ਕੇ ਗੋਲਡ ਮੈਡਲ ਲੈ ਕੇ ਆਵਾਂ, ਅਤੇ ਇਸ ਤੋਂ ਬਾਅਦ ਹੁਣ ਉਹ ਕਹਿ ਰਿਹਾ ਸੀਗਾ ਕਹਿੰਦਾ ਵੀ ਓਲੰਪਿਕ ਖੇਡ ਕੇ ਮੈਂ ਆਪਣੀ ਮੈਰਿਜ ਦਾ ਸੋਚਾਂਗਾ, ਕਿਉਂਕਿ ਮੇਰਾ ਕੋਈ ਹੋਰ ਡ੍ਰੀਮ ਨਹੀਂ ਹੈਗਾ। ਪਹਿਲਾਂ ਵੀ ਇਹਨਾਂ ਨੇ ਲਾਸਟ ਈਅਰ ਜਦੋਂ ਓਲੰਪਿਕ ਪੋਸਟਪੋਨ ਹੋਈ ਤਾਂ ਇਹਨਾਂ ਦਾ ਬਹੁਤ ਮੂਡ ਖਰਾਬ ਰਿਹਾ, ਅਤੇ ਬਟ ਇਸ ਵਾਰ ਇਹਨਾਂ ਦੇ ਡ੍ਰੀਮਸ ਪੂਰੇ ਹੋਣ ਦੇ ਪੂਰੇ ਚਾਂਸਸ ਹੈ, ਪੂਰੀ ਮਿਹਨਤ ਕਰ ਰਹੇ ਆ, ਬਹੁਤ ਅੱਛਾ ਪਲੇਅਰ ਹੈ, ਅਤੇ ਮੈਨੂੰ ਉਮੀਦ ਹੈ ਕਿ ਪੂਰੀ ਤਰ੍ਹਾਂ ਇਹ ਗੋਲਡ ਮੈਡਲ ਲੈ ਕੇ ਆ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ।
यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज, पंजाब दी आवाज अजीत।